ਦੋਸਤੋ ਆਪਾਂ ਇਸ ਵੇਲੇ ਪਿੰਡ ਕੋਟਸ਼ਮੀਰ ਦੇ ਵਿੱਚ ਹਾਂ ਅਤੇ ਇਹ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਹੈ ਚੈਲਸ ਪੈਂਟੈਕਸ ਅਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਤੁਹਾਨੂੰ ਦੱਸਦੇ ਹਾਂ ਕਿ ਕਾਹਦੇ ਲਈ ਹੈਗੀ ਆ। ਇਹ ਆਪਾਂ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਰੌਲਾ ਬਹੁਤ ਪਾਉਂਦੇ ਹਾਂ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆ ਗੰਦਾ ਪਾਣੀ ਇਸ ਜਿਹੜਾ ਨਹਿਰੀ ਖਾਲ ਹੈਗਾ ਇਹਦੇ ਵਿੱਚ ਆ ਕੇ ਪੈਂਦਾ ਹੈ। ਆਹ ਦੇਖ ਲਓ ਤੁਸੀਂ ਇਹ ਸਿੰਚਾਈ ਵਾਲਾ ਜਿਹੜਾ ਖਾਲ ਹੈਗਾ ਇਹ ਗੰਦੇ ਨਾਲੇ ਦਾ ਰੂਪ ਧਾਰਨ ਕੀਤਾ ਹੋਇਆ ਇਹਨੇ, ਔਰ ਜਿਹੜੇ ਖੇਤਾਂ 'ਚ ਕੰਮ ਕਰਦੇ ਲੋਕ ਹੈ ਜਾਂ ਪਿੰਡ ਵਾਲੇ ਲੋਕ ਨੇ ਉਹ ਇਹੀ ਪਾਣੀ ਇਸਤੇਮਾਲ ਕਰਦੇ ਆ ਇਸੇ ਖਾਲ ਦਾ ਹੀ। ਔਰ ਆਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਪਾਣੀ ਜਿਹੜਾ ਹੈਗਾ ਇਸ ਤਰ੍ਹਾਂ ਡਿੱਗ ਰਿਹਾ ਇਸ ਫੈਕਟਰੀ 'ਚ, ਆਹ ਹਾਲਾਤ ਨੇ। ਅੱਗੇ ਆਇਓ ਜੇ ਇੱਕ ਜਾਂ ਦੋ ਥਾਈਂ ਨਹੀਂ ਪੈ ਰਿਹਾ ਪਾਣੀ, ਇਹ ਬਹੁਤ ਥਾਈਂ ਜਿਹੜਾ ਗੰਦਾ ਨਾ ਜਿਹੜਾ ਪਾਣੀ ਹੈ ਫੈਕਟਰੀ ਦਾ ਉਹ ਇਹਦੇ ਵਿੱਚ ਪਾਇਆ ਜਾ ਰਿਹਾ। ਆਹ ਇੱਕ ਪੈਪ ਇੱਥੇ ਲੱਗੀ ਹੋਈ ਹੈ ਔਰ ਸਾਰਾ ਤੁਸੀਂ ਦੇਖ ਲਓ ਖਾਲ ਕਿਵੇਂ ਗੰਦੇ ਪਾਣੀ ਦੇ ਨਾਲ ਭਰਿਆ ਹੋਇਆ, ਸਮੈਲ ਇੱਥੇ ਬਹੁਤ ਆ ਰਹੀ ਹੈਗੀ ਆ, ਇੱਥੋਂ ਦੀ ਲੰਘਿਆ ਨਹੀਂ ਜਾ ਰਿਹਾ। ਜਿਹੜੇ ਆਸ ਪਾਸ ਦੇ ਕਿਸਾਨ ਹੈ ਉਹ ਵੀ ਬਹੁਤ ਪਰੇਸ਼ਾਨ ਹੋਣਗੇ। ਆਹ ਦੇਖ ਲਓ ਹਾਲਾਤ, ਇਸ ਤਰ੍ਹਾਂ ਗੰਦਾ ਪਾਣੀ ਅਤੇ ਸਾਰਾ ਖਾਲ ਜਿਹੜਾ ਹੈਗਾ ਇਹ ਭਰਿਆ ਹੋਇਆ ਅਤੇ ਇਹਦਾ ਜੀਵ ਜੰਤੂ 'ਤੇ ਅਸਰ ਪੈਣਾ ਹੀ ਪੈਣਾ, ਆਮ ਲੋਕਾਂ 'ਤੇ ਮਨੁੱਖ ਦੇ ਉੱਤੇ ਵੀ ਇਹਦਾ ਬੁਰਾ ਅਸਰ ਪੈ ਰਿਹਾ। ਔਰ ਇਹੀ ਪਾਣੀ ਪੀਣ ਵਾਸਤੇ ਕਿ ਸਪਲਾਈ ਹੋਊਗਾ ਜਦੋਂ ਦੂਸਰਾ ਪਾਣੀ ਆਏਗਾ, ਔਰ ਇਹੀ ਸਿੰਚਾਈ ਦੇ ਲਈ। ਇਹ ਦੋਸਤੋ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕੋਈ ਗੰਦਾ ਨਾਲਾ ਨਹੀਂ ਹੈਗਾ, ਇਹ ਬਲਕਿ ਖੇਤਾਂ ਨੂੰ ਸਿੰਚਾਈ ਕਰਨ ਦੇ ਵਾਸਤੇ ਜਿਹੜਾ ਹੈਗਾ ਨਹਿਰੀ ਪਾਣੀ ਆ ਉਹਦਾ ਹੈਗਾ ਖਾਲ ਹੈ। ਪਰ ਇਹਦੇ ਵਿੱਚ ਚਹਿਲ ਸਪਿੰਟੈਕਸ ਦੇ ਵੱਲੋਂ ਸੀਵਰੇਜ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਅਤੇ ਹਾਲਤ ਦੇਖ ਲਓ, ਇੱਥੋਂ ਲੰਘਿਆ ਵੀ ਨਹੀਂ ਜਾ ਰਿਹਾ। ਔਰ ਖੇਤਾਂ ਵਿੱਚ ਕੰਮ ਕਰਦੇ ਜਿਹੜੇ ਕਿਸਾਨ ਹੈਗੇ ਨੇ ਉਹ ਇਸ ਪਾਣੀ ਦਾ ਇਸਤੇਮਾਲ ਕਰਦੇ ਨੇ। ਇੱਥੋਂ ਦੀ ਹਾਲਤ ਇੱਥੋਂ ਹੀ ਪੈ ਰਿਹਾ, ਅੱਗੇ ਤੁਹਾਨੂੰ ਦਿਖਾਉਂਦੇ ਹਾਂ।
ਆਪਾਂ ਜਿਹੜਾ ਹੈਗਾ ਇਸ ਫੈਕਟਰੀ 'ਚੋਂ ਆ ਰਿਹਾ ਹੈਗਾ ਅਤੇ ਆਹ ਸਾਰਾ ਗੰਦਗੀ ਦਾ ਘਰ ਬਣਿਆ ਹੋਇਆ ਬਿਮਾਰੀ ਨੂੰ ਸੱਦਾ ਦੇਣ ਵਾਸਤੇ।